ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ 'ਚ ਤੁਹਾਡਾ ਸਵਾਗਤ ਕਰਦੇ ਹਾਂ। ਕਿਸਾਨ ਵੀਰੋ, ਗਰਮੀਆਂ ਦਾ ਲਗਭਗ ਆਰੰਭ ਹੋ ਚੁੱਕਾ ਹੈ ਅਤੇ ਇਸ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਨੇ ਸਾਡੇ ਪਸ਼ੂ ਸੰਭਾਲ ਦੇ ਵਿੱਚ, ਸਾਡੇ ਵੱਖੋ ਵੱਖਰੇ ਤਰੀਕੇ ਦੇ ਜੋ ਅਸੀਂ ਪ੍ਰਬੰਧ ਕਰਨੇ ਹੁੰਦੇ ਨੇ ਉਹਨਾਂ ਦੇ ਵਿੱਚ। ਅੱਜ ਅਸੀਂ ਆਏ ਹਾਂ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿਖੇ ਅਤੇ ਇੱਥੇ ਪਹੁੰਚੇ ਹਾਂ ਕਾਲਜ ਆਫ ਫਿਸ਼ਰੀਜ਼ ਦੇ ਵਿੱਚ, ਭਾਵ ਜਿਹੜਾ ਮੱਛੀ ਪਾਲਣ ਸੰਬੰਧੀ ਸਿਖਲਾਈ ਦਿੰਦਾ, ਵਿੱਦਿਆ ਦਿੰਦਾ, ਉਸ ਕਾਲਜ ਵਿੱਚ ਅਸੀਂ ਆਏ ਹਾਂ। ਸਾਡੇ ਨਾਲ ਨੇ ਡਾਕਟਰ ਅਮਨਜਿੰਦਰ ਕੌਰ ਜੀ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ ਅਸੀਂ ਵਿਸ਼ੇਸ਼ ਤੌਰ 'ਤੇ ਇਸ ਮੁੱਦੇ 'ਤੇ ਗੱਲ ਕਰਨਾ ਚਾਹੁੰਦੇ ਹਾਂ ਕਿ ਜਦੋਂ ਗਰਮੀਆਂ ਆਉਂਦੀਆਂ ਨੇ ਉਦੋਂ ਕਈ ਤਰੀਕੇ ਦੀਆਂ ਤਬਦੀਲੀਆਂ ਜਿਹੜੀਆਂ ਮੌਸਮੀ ਆਉਂਦੀਆਂ, ਨਾਲ ਦੇ ਨਾਲ ਜਿਹੜੇ ਸਾਡੇ ਜੀਵ ਜੰਤੂ ਆ ਉਹਨਾਂ ਦੇ ਵਾਸਤੇ ਵੀ ਸਾਨੂੰ ਕਈ ਤਬਦੀਲੀਆਂ ਕਰਨ ਦੀ ਲੋੜ ਪੈਂਦੀ ਹੈ, ਅਤੇ ਮੱਛੀ ਪਾਲਣ ਸੰਬੰਧੀ ਵੀ ਜਿਹੜਾ ਵਾ ਉਹ ਇਸ ਤਰੀਕੇ ਦੀਆਂ ਤਬਦੀਲੀਆਂ ਜਿਹੜੀਆਂ ਜ਼ਰੂਰ ਕੀਤੀਆਂ ਜਾਂਦੀਆਂ ਹੋਣਗੀਆਂ। ਅਤੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਇਹੋ ਗੱਲ ਕਰਦੇ ਹਾਂ ਕਿ ਇਸ ਮੌਸਮ ਨੂੰ ਤੁਸੀਂ ਮੱਛੀ ਪਾਲਣ ਸੰਬੰਧੀ ਕਿਸ ਤਰੀਕੇ ਨਾਲ ਵੇਖਦੇ ਹੋ, ਕਿਸ ਤਰੀਕੇ ਦੀ ਤਬਦੀਲੀ ਜਿਹੜੀ ਆ ਉਹ ਆਉਣ ਦੇ ਨਾਲ ਕਿਸ ਤਰੀਕੇ ਦੇ ਪਰਿਵਰਤਨ ਆਉਂਦੇ ਆ? ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ, ਜਿੱਦਾਂ ਹੀ ਹੁਣ ਮੌਸਮ ਵਿੱਚ ਤਬਦੀਲੀ ਆਈ ਹੈ, ਮੌਸਮ ਦੀ ਤਬਦੀਲੀ ਤੋਂ ਭਾਵ ਹੈ ਕਿ ਜਿਹੜਾ ਸਾਡਾ ਤਾਪਮਾਨ ਹੈ ਉਹਦੇ 'ਚ ਵਾਧਾ ਹੋਇਆ ਜੀ। ਜੇ ਆਪਾਂ ਮੱਛੀ ਪਾਲਣ ਨੂੰ ਮੌਸਮ ਦੀ ਤਬਦੀਲੀ ਦੇ ਨਾਲ ਜੋੜੀਏ ਤਾਂ ਇਹ ਜਿਹੜਾ ਮਹੀਨਾ ਹੈ ਜਿਹਨੂੰ ਅਸੀਂ ਜਦੋਂ ਆਪਾਂ ਅਪ੍ਰੈਲ 'ਚ ਐਂਟਰ ਹੋ ਗਏ ਹਾਂ, ਇਸ ਮਹੀਨੇ ਵਿੱਚ ਸਾਨੂੰ ਕੀ ਹੈ ਕਿ ਤਲਾਅ ਜਿਹੜੇ ਆ ਉਹ ਤਿਆਰ ਕਰ ਲਏ ਨੇ ਮੱਛੀ ਪਾਲਕਾਂ ਨੇ, ਅਤੇ ਹੁਣ ਉਹਨਾਂ ਨੂੰ ਵੱਡੇ ਸਾਈਜ਼ ਦਾ ਜਿਹੜਾ ਮੱਛੀ ਦਾ ਬੱਚਾ ਹੈ ਜਾਂ ਪੂੰਗ ਹੈ ਉਹ ਮਿਲਣਾ ਸ਼ੁਰੂ ਹੋ ਗਿਆ। ਤਾਂ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਜਿਹੜੇ ਵੀ ਕਿਸਾਨ ਵੀਰ ਨੇ, ਜਿਹੜੇ ਵੀ ਮੱਛੀ ਪਾਲਕ ਨੇ, ਮੱਛੀ ਪਾਲਣ ਦੀ ਸ਼ੁਰੂਆਤ ਕਰਨੀ ਹੈ ਅਤੇ ਜਿੱਦਾਂ ਤਲਾਅ ਤਿਆਰ ਹੈ, ਜਾਂ ਤਾਂ ਉਹ ਆਪਣੇ ਨੇੜਲੇ ਕਿਸੇ ਵੀ ਕਿਸਾਨ ਵੀਰ ਤੋਂ ਮੱਛੀ ਦਾ ਜਿਹੜਾ ਬੱਚ ਹੈ ਵੱਡਾ ਉਹ ਲਿਆ ਕੇ ਆਪਣੇ ਤਲਾਅ 'ਚ ਪਾ ਲਵੇ। ਜੇ ਉਹਦੇ ਕੋਲ ਆਪਣੀ ਨਰਸਰੀ ਵਿੱਚ ਬੱਚਾ ਪੁਰਾਣੇ ਸਾਲ ਦਾ ਰੱਖਿਆ ਹੋਇਆ ਅਤੇ ਉਹਨੂੰ ਆਪਣੇ ਜਿਹੜਾ ਉਹਦਾ ਪ੍ਰੋਡਕਸ਼ਨ ਤਲਾਅ ਹੈ ਜਿਹਦੇ 'ਚ ਉਹਨੇ ਮੱਛੀ ਵੱਢੀ ਕਰਨੀ ਹੈ, ਉਹਦੇ ਵਿੱਚ 5000 ਪੂੰਗ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾ ਸਕੇ ਜੀ। ਹੁਣ ਗਰਮੀ ਦਾ ਮੌਸਮ ਹੈ, ਮੱਛੀ ਆਪਣੇ ਵੱਡੇ ਤਲਾਅ 'ਚ ਆ ਗਈ ਹੈ। ਗਰਮੀ ਦਾ ਮੌਸਮ ਮੱਛੀ ਦੇ ਵਾਧੇ ਲਈ ਬਹੁਤ ਹੀ ਵਧੀਆ ਹੁੰਦਾ ਹੈ, ਕਿਉਂਕਿ ਜਿੱਦਾਂ ਹੀ ਤਾਪਮਾਨ ਵੱਧਦਾ ਹੈ ਉਹਦੇ ਨਾਲ ਹੀ ਜਿਹੜੀ ਮੱਛੀ ਦੀ ਖਾਣ ਦੀ ਜਿਹੜੀ ਉਹਦੀ ਮੱਛੀ ਨੂੰ ਖੁਰਾਕ ਲੈਣ ਦੀ ਜਿਹੜੀ ਦਰ ਹੈ ਉਹਦੇ 'ਚ ਵੀ ਵਾਧਾ ਹੁੰਦਾ ਜੀ। ਮੱਛੀ ਖੁਰਾਕ ਤਾਂ ਲੈਂਦੀ ਹੈ, ਉਹਦੇ ਨਾਲ ਨਾਲ ਉਹਦੇ ਸਰੀਰਕ ਕਿਰਿਆਵਾਂ ਜਿਹੜੀਆਂ ਉਹ ਤੇਜ਼ੀ ਨਾਲ ਹੁੰਦੀਆਂ, ਉਹਦੇ ਕਾਰਨ ਜਿਹੜੀ ਖਾਧੀ ਹੋਈ ਖੁਰਾਕ ਹੈ ਉਹ ਪਚਦੀ ਵੀ ਜਲਦੀ ਹੈ। ਸੋ ਹੁਣ ਸਮਾਂ ਇਹ ਹੈ ਕਿ ਮੱਛੀ ਪਾਉਣ ਤੋਂ ਬਾਅਦ ਉਹਦੀ ਖੁਰਾਕ ਜਿਹੜੀ ਆਪਾਂ ਸਰਦੀ ਵਿੱਚ ਘਟਾਈ ਹੋਈ ਸੀ ਉਹਨੂੰ ਆਪਾਂ ਹੁਣ ਤਰਤੀਬਵਾਸ ਜਿਹੜੀ ਉਹਦੀ ਖੁਰਾਕ ਉਹਨੂੰ ਚਾਹੀਦੀ ਹੈ ਉਹਦੇ ਸਰੀਰ ਦੇ ਭਾਰ ਨੂੰ ਸਹੀ ਵਾਧੇ ਨੂੰ ਵਧਾਉਣ ਲਈ ਉਹ ਆਪਾਂ ਸ਼ੁਰੂਆਤ ਕਰਨੀ ਹੈ। ਉਸ ਤੋਂ ਇਲਾਵਾ ਜਦੋਂ ਮੱਛੀ ਨੂੰ ਆਪਾਂ ਖੁਰਾਕ ਦੇਣੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਸ ਤਲਾਏ 'ਚ ਮੱਛੀ ਕਿੰਨੀ ਹੈ, ਕਿਉਂਕਿ ਜਿਹੜੀ ਅਸੀਂ ਮੱਛੀ ਦੀ ਖੁਰਾਕ ਹੈ ਉਹਨੂੰ ਮੱਛੀ ਦੇ ਭਾਰ ਦਾ 1.5 ਗੁਣਾ ਹਰ ਰੋਜ਼ ਸਵੇਰੇ ਅਤੇ ਸ਼ਾਮ ਵੰਡ ਕੇ ਉਹਨੂੰ ਦੇਣਾ ਹੈ ਤਾਂ ਕਿ ਮੱਛੀ ਨੂੰ ਪੂਰੀ ਖੁਰਾਕ ਮਿਲ ਸਕੇ ਅਤੇ ਉਹ ਉਸ ਪੂਰੀ ਖੁਰਾਕ ਨੂੰ ਲੈਂਦੇ ਹੋਏ ਉਹਨੂੰ ਪਚਾਏ ਅਤੇ ਉਹ ਜਿਹੜੀ ਹੈ ਉਹਦੇ ਸਰੀਰਕ ਵਾਧੇ 'ਤੇ ਅਸਰ ਪਾਏ ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਕੁਛ ਬੁਨਿਆਦੀ ਗੱਲਾਂ ਜਿਹੜੀਆਂ ਉਹਨਾਂ ਦੀ ਗੱਲ ਕੀਤੀ, ਅਤੇ ਵੇਖੋ ਸਰਦੀਆਂ ਦੇ ਵਿੱਚ ਤੁਸੀਂ ਆਮ ਤੌਰ 'ਤੇ ਰਾਏ ਦਿੰਦੇ ਹੋ ਕਿ ਪਾਣੀ ਦਾ ਪੱਧਰ ਕਿੰਨਾ ਹੋਣਾ ਚਾਹੀਦਾ, ਸਾਨੂੰ ਪਾਣੀ ਨੂੰ ਹਿਲਾਉਂਦੇ ਰਹਿਣਾ ਚਾਹੀਦਾ ਜਾਂ ਤਾਜ਼ਾ ਪਾਣੀ ਪਾਉਂਦੇ ਰਹਿਣਾ ਗਰਮੀਆਂ ਦੇ ਵਿੱਚ, ਕਿਉਂਕਿ ਵੇਖੋ ਉੱਪਰਲੀ ਸਤਹਿ ਦਾ ਪਾਣੀ ਤਾਂ ਫਿਰ ਗਰਮ ਹੋ ਜਾਂਦਾ ਹੋਊਗਾ, ਅਤੇ ਗਰਮੀਆਂ ਦੇ ਵਿੱਚ ਵੀ ਸਾਨੂੰ ਕੋਈ ਪਾਣੀ ਦੀ ਕੁਆਲਿਟੀ ਜਾਂ ਕੋਈ ਪਾਣੀ ਦਾ ਪੱਧਰ ਜਾਂ ਪਾਣੀ ਦੀ ਕੋਈ ਤਬਦੀਲੀ ਜਿਹੜੀ ਉਹਦੀ ਲੋੜ ਪੈਂਦੀ ਹੈ ਜੀ? ਮੱਛੀ ਜਿਹੜੀ ਹੈ ਮੱਛੀ ਤਲਾਅ 'ਚ ਰਹਿੰਦੀ ਹੈ, ਤਲਾਅ 'ਚ ਹੈਗਾ ਪਾਣੀ, ਪਾਣੀ ਜਿਹੜਾ ਉਹ ਮੱਛੀ ਦਾ ਵਾਤਾਵਰਣ ਹੈ, ਮੱਛੀ ਨੇ ਪਾਣੀ 'ਚੋਂ ਹੀ ਖੁਰਾਕ ਲੈਣੀ ਹੈ, ਪਾਣੀ 'ਚੋਂ ਹੀ ਸਾਹ ਲੈਣਾ। ਸੋ ਜਿਹੜਾ ਤੁਹਾਡਾ ਸਵਾਲ ਹੈ ਉਹ ਬੜਾ ਹੀ ਢੁੱਕਦਾ ਹੋਇਆ ਸਵਾਲ ਹੈ। ਜਿੱਦਾਂ ਹੀ ਤਾਪਮਾਨ ਵੱਧਦਾ ਹੈ ਪਾਣੀ ਮੱਛੀ ਤਲਾਅ ਦੇ ਪਾਣੀ ਦੀ ਉੱਪਰਲੀ ਜਿਹੜੀ ਸਤਹ ਹੈ ਉਹ ਗਰਮ ਹੋ ਜਾਂਦੀ ਹੈ। ਇਹਨਾਂ 'ਚ ਇਸ ਚੀਜ਼ ਨੂੰ ਆਪਾਂ ਦੋ ਤਰ੍ਹਾਂ ਸਮਝਣਾ ਹੈ, ਇੱਕ ਤਾਂ ਹੈ ਕਿ ਤਾਪਮਾਨ ਵਧਿਆ, ਜਿਹੜੀਆਂ ਉਹਦੇ ਵਿੱਚ ਕੁਦਰਤੀ ਭੋਜਨ ਹੈ ਉਹਨੇ ਵੀ ਪ੍ਰਕਾਸ਼ ਸੰਸ਼ਲੇਸ਼ਣ ਸ਼ੁਰੂ ਕਰਤਾ, ਉਹਦੇ 'ਚ ਆਕਸੀਜਨ ਵੱਧਦੀ ਹੈ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਮੱਛੀ ਨੇ ਜਿਹੜੀ ਆਕਸੀਜਨ ਲੈਣੀ ਹੈ ਉਹ ਪਾਣੀ ਵਿੱਚ ਘੁਲੀ ਹੋਈ ਲੈਣੀ ਹੈ, ਉਹ ਘੁਲੀ ਹੋਈ ਆਕਸੀਜਨ ਜਿਹੜੀ ਹੈ ਉਹ ਤਾਪਮਾਨ ਦੇ ਵਧਣ ਨਾਲ ਘਟਦੀ ਹੈ। ਸੋ ਇਹ ਦੋਨਾਂ ਗੱਲਾਂ ਨੂੰ ਆਪਾਂ ਸਮਝ ਕੇ ਚੱਲਣਾ। ਸੋ ਅਸੀਂ ਕੀ ਕਰਨਾ, ਜਿਹੜੀ ਤਾਂ ਉੱਪਰ ਵਾਲੀ ਤਹਿ ਗਰਮ ਹੋਈ ਹੈ
ਉਹਨੂੰ ਸਹੀ ਰੱਖਣ ਲਈ ਆਪਾਂ ਇੱਕ ਤਾਂ ਦਿਨ ਵੇਲੇ ਵੀ ਜਿਹੜਾ ਏਰੀਏਸ਼ਨ ਕਰਨੀ ਹੈ ਤਾਂ ਜੋ ਜਿਹੜਾ ਵਧਿਆ ਹੋਇਆ ਤਾਪਮਾਨ ਹੈ ਉਹ ਉੱਪਰ ਵਾਲੀ ਸਤਹਿ ਨੂੰ ਬਹੁਤਾ ਗਰਮ ਨਾ ਕਰੇ, ਪਾਣੀ ਦੀ ਹਿਲਜੁਲ ਹੁੰਦੀ ਰਹੇ। ਇੱਕ ਸਾਨੂੰ ਫਾਇਦਾ ਹੋਏਗਾ ਕਿ ਪਾਣੀ ਦਾ ਤਾਪਮਾਨ ਪੂਰੇ ਤਲਾਅ ਵਿੱਚ ਇੱਕੋ ਜਿਹਾ ਹੋਏਗਾ, ਮੱਛੀ ਨੂੰ ਸਹੀ ਵਾਤਾਵਰਨ ਮਿਲੇਗਾ। ਦੂਸਰਾ ਜਿਹੜੀ ਗੱਲ ਮੈਂ ਪਹਿਲੇ ਕਹੀ ਹੈ, ਆਕਸੀਜਨ ਘਟਣ ਅਤੇ ਵਧਣ ਵਾਲੀ। ਸੋ ਆਕਸੀਜਨ ਵੱਧ ਤਾਂ ਰਹੀ ਹੈ ਪਰ ਉਹ ਮੱਛੀ ਨੂੰ ਮਿਲ ਨਹੀਂ ਰਹੀ, ਉਹ ਮਿਲੇਗੀ ਤਾਂ ਹੀ ਜੇ ਉਹ ਪਾਣੀ ਵਿੱਚ ਘੁਲੀ ਹੋਏਗੀ। ਸੋ ਜੇ ਆਪਾਂ ਪਾਣੀ ਦਾ ਜਿਹੜਾ ਲੈਵਲ ਹੈ ਇੱਕ ਤਾਂ ਉਹਨੂੰ 5.5 ਤੋਂ 6 ਫੁੱਟ ਕਰ ਦਿਆਂਗੇ, ਦੂਜਾ ਅਸੀਂ ਦਿਨ ਵੇਲੇ ਵੀ ਲੋੜ ਮੁਤਾਬਕ ਉਹਦੇ 'ਚ ਏਰੀਏਸ਼ਨ ਕਰਾਂਗੇ, ਤਾਂ ਪਾਣੀ ਦਾ ਡੂੰਘਾਈ ਨੂੰ ਠੀਕ ਕਰਦੇ ਹੋਏ ਅਸੀਂ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਨੂੰ ਵੀ ਸਹੀ ਰੱਖਾਂਗੇ ਜੀ। ਸੋ ਜੇ ਮੱਛੀ ਨੂੰ ਸਾਰਾ ਦਿਨ ਸਹੀ ਮਾਤਰਾ ਵਿੱਚ ਆਕਸੀਜਨ ਮਿਲੇਗੀ ਤਾਂ ਹੀ ਜਿਹੜੀ ਉਹਦੀ ਖਾਧੀ ਹੋਈ ਖੁਰਾਕ ਹੈ ਉਹ ਸਹੀ ਮਾਇਨੇ ਵਿੱਚ ਉਹਦੀ ਜਿਹੜੀ ਪਾਚਕ ਸ਼ਕਤੀ ਹੈ ਉਹਦੇ 'ਤੇ ਅਸਰ ਪਾਏਗੀ, ਉਹ ਪੂਰੀ ਤਰ੍ਹਾਂ ਪਚੇਗੀ। ਉਹਦੇ ਨਾਲ ਕੀ ਹੋਏਗਾ, ਜੇ ਖੁਰਾਕ ਸਹੀ ਖਾਧੀ ਜਾਏ ਸਹੀ ਮਾਤਰਾ ਵਿੱਚ ਪਚਨ ਸ਼ਕਤੀ ਨਾਲ ਉਹਦੇ ਵਿੱਚ ਸਰੀਰ ਵਿੱਚ ਜਜ਼ਬ ਹੋ ਜਾਏ ਤਾਂ ਜਿਹੜੇ ਮਲ ਮੂਤਰ ਹੈ ਉਹ ਜਿਹੜਾ ਨਿਕਲਣਾ ਉਹ ਘਟੇਗਾ, ਉਹ ਘਟੇਗਾ ਤਾਂ ਪਾਣੀ ਦੀ ਕੁਆਲਿਟੀ ਜਿਹੜੀ ਹੈ ਸਹੀ ਰਹੇਗੀ ਕਿਉਂਕਿ ਅਮੋਨੀਆ ਦਾ ਲੈਵਲ ਘਟੇਗਾ, ਜ਼ਹਿਰੀਲੀਆਂ ਗੈਸਾਂ ਘਟਣਗੀਆਂ। ਸੋ ਪਾਣੀ ਦੀ ਕੁਆਲਿਟੀ ਵਿੱਚ ਅਸੀਂ ਘੁਲੀ ਹੋਈ ਆਕਸੀਜਨ ਦਾ ਧਿਆਨ ਰੱਖਣਾ ਹੈ, ਪਾਣੀ ਦੀ ਡੂੰਘਾਈ ਦਾ ਧਿਆਨ ਰੱਖਣਾ ਹੈ। ਅਤੇ ਤੀਸਰੀ ਇੱਕ ਹੋਰ ਗੱਲ ਹੈ, ਜਿੱਦਾਂ ਹੀ ਤਾਪਮਾਨ ਵੱਧਦਾ ਪਾਣੀ ਦੀ ਜਿਹੜੀ pH ਹੈ ਉਹ ਵੀ ਦਿਨ ਵੇਲੇ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅਤੇ ਰਾਤ ਸਮੇਂ ਉਹ ਘੱਟ ਜਾਂਦੀ ਹੈ। ਉਹ ਤਾਂ ਹੀ ਹੁੰਦਾ ਕਿਉਂਕਿ ਉਹਦੇ ਵਿੱਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਇੱਕ ਚੱਕਰ ਚੱਲਦਾ। ਸੋ ਉਸ ਚੱਕਰ ਨੂੰ ਵੀ ਸਹੀ ਰੱਖਣ ਵਿੱਚ ਸਾਨੂੰ ਜਿਹੜੀ ਏਰੀਏਸ਼ਨ ਹੈ ਅਤੇ ਜਿਹੜਾ ਪਾਣੀ ਦਾ ਹਿਲਜੁਲ ਹੈ ਅਤੇ ਜਿਹੜੀ ਪਾਣੀ ਦੇ ਵਿੱਚ ਆਪਾਂ ਡੂੰਘਾਈ ਵਧਾਈ ਹੈ ਉਹ ਸਾਰੀਆਂ ਚੀਜ਼ਾਂ ਨੂੰ ਵੀ ਉਹ ਕੰਟਰੋਲ ਕਰਨ ਵਿੱਚ ਮਦਦ ਕਰੇਗੀ। ਡਾਕਟਰ ਮਨੀਤਿੰਦਰ ਜੀ, ਜਿਵੇਂ ਤੁਸੀਂ ਦੱਸਿਆ ਸੀ ਕਿ ਅਸੀਂ ਜਿਹੜਾ ਕੋਈ ਨਵਾਂ ਬੱਚ ਜਾਂ ਪੂੰਗ ਪਾਉਣਾ ਹੈ ਉਹ ਇਸ ਮੌਸਮ ਵਿੱਚ ਪਾਇਆ ਜਾ ਸਕਦਾ, ਅਤੇ ਸਾਡੇ ਕਿਸਾਨ ਵੀਰਾਂ ਕੋਲ ਕਿੰਨਾ ਕੁ ਵਕਤ ਹੁੰਦਾ ਵਾ? ਮੰਨ ਲਓ ਹੁਣ ਆਪਾਂ ਜੇ ਮੰਨ ਕੇ ਚੱਲੀਏ ਅਤੇ ਕੋਈ ਅਪ੍ਰੈਲ ਦੇ ਮਹੀਨੇ ਦਾ ਕਿ ਮਈ ਦੇ ਮਹੀਨੇ ਦਾ ਕਦੋਂ ਤੱਕ ਤੁਸੀਂ ਆਮ ਤੌਰ 'ਤੇ ਕਹਿੰਦੇ ਜੇ ਵੀ ਅਸੀਂ ਉਹ ਪੂੰਗ ਜਿਹੜਾ ਪੂਰਾ ਕਰ ਲੈਣਾ ਚਾਹੀਦਾ? ਹਾਂਜੀ, ਇੱਦਾਂ ਵੀ ਜਿਹੜਾ ਮੱਛੀ ਨੂੰ ਵਧਾਉਣ ਦਾ ਜਿਹੜਾ ਕਹਿ ਲਓ ਸਮਾਂ ਹੈ ਉਹ ਹੈਗਾ, ਜੇ ਆਪਾਂ ਅਪ੍ਰੈਲ 'ਚ ਸ਼ੁਰੂ ਕਰ ਦਾਂਗੇ ਤਾਂ ਸਾਡੇ ਕਿਸਾਨ ਵੀਰ ਨੂੰ ਘੱਟੋ ਘੱਟ 7 ਤੋਂ 8 ਮਹੀਨੇ ਸਰਦੀ ਆਉਣ ਤੋਂ ਪਹਿਲੇ ਜਿਹੜਾ ਸਮਾਂ ਹੈ ਉਹ ਪੂਰਾ ਮਿਲ ਜਾਏਗਾ। ਪਰ ਜੇ ਕੋਈ ਮੱਛੀ ਪਾਲਕ ਲੇਟ ਵੀ ਹੈ, ਜੇ ਉਹਨੂੰ ਲੱਗਦਾ ਕਿ ਹਜੇ ਮੇਰਾ ਤਲਾਅ ਪੂਰੀ ਤਰ੍ਹਾਂ ਤਿਆਰ ਨਹੀਂ ਹੈ, ਤਾਂ ਹੋਰ ਉਹਨੂੰ 15-20 ਦਿਨ ਲੈ ਕੇ ਤਿਆਰ ਕਰ ਲਵੇ। ਸੋ ਦੈਟ ਉਹਦੇ 'ਚ ਇਹ ਹੈ ਕਿ ਜਿੰਨੀ ਜਲਦੀ ਹੋ ਸਕੇ ਉਹ ਮੱਛੀ ਦਾ ਜਿਹੜਾ ਪੂੰਗ ਹੈ ਉਹ ਤਲਾਅ 'ਚ ਪਾਏ, ਕਿਉਂਕਿ ਜਿੰਨਾ ਉਹ ਲੇਟ ਹੁੰਦਾ ਜਾਏਗਾ ਉਹਦੇ ਨਾਲ ਜਿਹੜਾ ਉਹਦੇ ਵਾਧੇ ਦੀ ਦਰ ਹੈ ਉਹਦੇ 'ਤੇ ਪ੍ਰਭਾਵ ਪਏਗਾ, ਕਿਉਂਕਿ ਓਨਾ ਹੀ ਉਹਦਾ ਜਿਹੜਾ ਸਮਾਂ ਹੈ ਸਰਦੀ ਤੋਂ ਪਹਿਲੇ ਪਹਿਲੇ ਵਾਲਾ ਉਹ ਘੱਟ ਜਾਏਗਾ, ਅਤੇ ਜਿਹੜੀ ਕਿਸਾਨ ਹੈ ਜਾਂ ਮੱਛੀ ਪਾਲਕ ਹੈ ਉਹਨੂੰ ਪੂਰੀ ਕਹਿ ਲਓ ਕਿ ਉਤਪਾਦਕਤਾ ਜਾਂ ਉਹਨੂੰ ਜਿਹੜਾ ਲਾਭ ਹੈ ਉਹ ਪੂਰਾ ਨਹੀਂ ਹੋਏਗਾ। ਸੋ ਸਮਾਂ ਇਹ ਹੈ, ਜੇ ਆਪਾਂ ਵਿਗਿਆਨਿਕ ਰੂਪ 'ਤੇ ਚੱਲੀਏ ਤਾਂ ਫਰਵਰੀ ਅਤੇ ਮਾਰਚ ਦੇ ਮਹੀਨੇ ਹੁੰਦੇ ਆ ਜਿਹਦੇ ਵਿੱਚ ਮੱਛੀ ਪਾਲਕ ਨੂੰ ਤਲਾਅ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ, ਅਤੇ ਹੁਣ ਉਹਦਾ ਤਲਾਅ ਪੂਰੀ ਤਰ੍ਹਾਂ ਖਾਦਾਂ ਪਾ ਕੇ ਭਰਪੂਰ ਮਾਤਰਾ ਵਿੱਚ ਕੁਦਰਤੀ ਖੁਰਾਕ ਨਾਲ ਤਿਆਰ ਹੋਣਾ ਚਾਹੀਦਾ ਹੈ ਤਾਂ ਜੋ ਜਿੱਦਾਂ ਹੀ ਉਹ ਮੱਛੀ ਪਾਏ ਉਹਨੂੰ ਮੱਛੀ ਨੂੰ ਨਵੇਂ ਤਲਾਅ 'ਚ ਪੈਂਦਿਆਂ ਹੀ ਭੋਜਨ ਜਿਹੜਾ ਮਿਲੇ ਅਤੇ ਉਹ ਆਪਣਾ ਜਿਹੜਾ ਵਾਧਾ ਹੈ ਪੂਰੀ ਤਰ੍ਹਾਂ ਆਪਣੀ ਉਸ ਲੈ 'ਤੇ ਚੱਲ ਪਵੇ। ਡਾਕਟਰ ਸਾਹਿਬ, ਅਸੀਂ ਚਲੋ ਪੂੰਗ ਦੀ ਗੱਲ ਕਰ ਲਈ ਕਿ ਕਿਸ ਤਰੀਕੇ ਨਾਲ ਸਾਨੂੰ ਇਹ ਵਿਉਂਤ ਰੱਖਣੀ ਚਾਹੀਦੀ ਹੈ, ਅਤੇ ਇੱਕ ਮੁੱਖ ਜਿਹੜਾ ਖੁਰਾਕੀ ਅੰਸ਼ ਆ, ਹਾਂਜੀ, ਕਿ ਖੁਰਾਕ ਜਿਵੇਂ ਥੋੜ੍ਹੀ ਪਹਿਲਾਂ ਵੀ ਤੁਸੀਂ ਗੱਲ ਕੀਤੀ, ਸਾਨੂੰ ਉਹਦੇ ਵਿੱਚ ਕੋਈ ਹੋਰ ਵਿਸ਼ੇਸ਼ ਤਬਦੀਲੀਆਂ ਲਿਆਉਣ ਦੀ ਲੋੜ ਆ ਕਿ ਖੁਰਾਕ ਜਿਹੜੀ ਆ, ਕਿਉਂਕਿ ਵੇਖੋ ਗਰਮੀ ਦਾ ਜਦੋਂ ਮੌਸਮ ਹੋਏ ਤਾਂ ਹਰੇਕ ਚੀਜ਼ ਜਿਹੜੀ ਆ ਉਹ ਛੇਤੀ ਜਿਹੜੀ ਆ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਆ, ਉਹ ਬੜੀ ਪੈਰੀਸ਼ੇਬਲ ਹੁੰਦੀ ਆ, ਛੇਤੀ ਨਸ਼ਟ ਹੋ ਜਾਂਦੀ ਆ। ਇਹੋ ਜਿਹੀਆਂ ਤਬਦੀਲੀਆਂ ਕਿ ਖੁਰਾਕ ਜਿਹੜੀ ਸਿੱਧੀ ਮੱਛੀ ਜਿਹੜੀ ਆ ਉਹਦੇ ਪੇਟ 'ਚ ਆਏ ਉਹ ਕੰਜ਼ਿਊਮ ਕਰੇ, ਹੋਰ ਕੋਈ ਤਬਦੀਲੀਆਂ ਸਾਨੂੰ ਕਿਸ ਤਰੀਕੇ ਨਾਲ ਚਾਹੀਦੀਆਂ ਖੁਰਾਕ 'ਤੇ? ਹਾਂਜੀ, ਖੁਰਾਕ ਜਿਹੜਾ ਮੱਛੀ ਪਾਲਣ ਦੇ ਗਰਮੀਆਂ ਦੇ ਮੌਸਮ ਵਿੱਚ ਇੱਕ ਬੜਾ ਹੀ ਉਹਦੇ ਨਾਲ ਜੁੜਿਆ ਹੋਇਆ ਮਹੱਤਵਪੂਰਨ ਅੰਗ ਹੈ ਜੀ। ਜੇ ਖੁਰਾਕ ਸਹੀ ਮਾਤਰਾ ਵਿੱਚ ਸਹੀ ਕੁਆਲਿਟੀ ਵਾਲੀ ਸਹੀ ਸਮੇਂ 'ਤੇ ਜੀ ਦਿੱਤੀ ਜਾਏਗੀ ਤਾਂ ਹੀ ਉਸ ਮੱਛੀ ਨੂੰ ਦਿੱਤੀ ਹੋਈ ਖੁਰਾਕ ਦਾ ਕੋਈ ਫਾਇਦਾ ਹੋਏਗਾ, ਨਹੀਂ ਤਾਂ ਉਹੀ ਖੁਰਾਕ ਮੱਛੀ ਲਈ ਹਾਨੀਕਾਰਕ ਸਿੱਧ ਹੋ ਸਕਦੀ ਹੈ। ਉਹਦੇ ਲਈ ਕੀ ਕਰਨਾ, ਜਿੱਦਾਂ ਤੁਸੀਂ ਕਿਹਾ ਹੈ ਮੱਛੀ ਦੀ ਜਿਹੜੀ ਖੁਰਾਕ ਹੈ ਉਹਦੇ 'ਚ ਅਸੀਂ ਜਿੱਦਾਂ ਅਸੀਂ ਪਸ਼ੂਆਂ ਨੂੰ ਖੁਰਾਕ ਦਿੰਦੇ ਹਾਂ ਜਿਹਦੇ 'ਚ ਚੌਲਾਂ ਦਾ ਛਿਲਕਾ ਹੈ, ਉਹਦੇ 'ਚ ਖਲਾਂ ਹੈ, ਮੂੰਗਫਲੀ ਦੀ ਖਲ ਹੈ, ਸਰ੍ਹੋਂ ਦੀ ਖਲ ਹੈ, ਸੋ ਕੋਈ ਵੀ ਖਲ ਅਤੇ ਕੋਈ ਵੀ ਚੌਲਾਂ ਦਾ ਛਿਲਕਾ ਲੈ ਲਓ ਜਾਂ ਆਪਾਂ ਕਹਿ ਲੈਂਦੇ ਹਾਂ ਕਣਕ ਜਾਂ ਛਿਲਕਾ ਲੈ ਲਓ, ਉਹਨਾਂ ਦੋਨਾਂ ਨੂੰ ਅੱਧਾ ਅੱਧਾ ਲੈ ਕੇ ਮਿਲਾ ਲਓ। ਉਹਦੇ ਵਿੱਚ ਮੱਛੀ ਦੀ ਸਰੀਰ ਨੂੰ ਹੋਰ ਵਾਧਾ ਦੇਣ ਲਈ ਵਿਟਾਮਿਨ ਮਿਨਰਲ ਮਿਕਸਚਰ ਆਉਂਦਾ ਜਿਹਨੂੰ ਆਪਾਂ ਧਾਤਾਂ ਦਾ ਚੂਰਾ ਕਹਿ ਦਿੰਦੇ ਹਾਂ,
ਉਹ ਅਤੇ ਥੋੜ੍ਹਾ ਜਿਹਾ ਨਮਕ ਮਿਲਾ ਕੇ ਇਹ ਜਿਹੜੀ ਖੁਰਾਕ ਹੈ ਇਹ ਖੁਰਾਕ ਬੜੀ ਆਸਾਨੀ ਨਾਲ ਮੱਛੀ ਪਾਲਕ ਆਪਣੇ ਫਾਰਮ 'ਤੇ ਤਿਆਰ ਕਰ ਸਕਦੇ ਹੈ। ਜੇ ਕਿਸੇ ਮੱਛੀ ਪਾਲਕ ਨੂੰ ਔਖਾ ਲੱਗਦਾ ਕਿ ਉਹ ਖੁਰਾਕ ਤਿਆਰ ਨਹੀਂ ਕਰਨਾ ਚਾਹੁੰਦਾ ਤਾਂ ਉਹ ਬਾਜ਼ਾਰ ਤੋਂ ਬਣੀ ਬਣਾਈ ਖੁਰਾਕ ਵੀ ਲੈ ਸਕਦਾ। ਫਿਰ ਆ ਗਿਆ ਆਪਣਾ ਕਿ ਮੱਛੀ ਨੂੰ ਖੁਰਾਕ ਦੇਣ ਦਾ ਢੰਗ ਕੀ ਹੋਵੇ। ਸੋ ਜਿਹੜੀ ਕਾਰਪ ਮੱਛੀ ਹੈ, ਜਦੋਂ ਆਪਾਂ ਗੱਲ ਕਰ ਰਹੇ ਹਾਂ, ਇਸ ਮੱਛੀ ਤਲਾਅ ਵਿੱਚ 5 ਤੋਂ 6 ਕਿਸਮ ਦੀਆਂ ਮੱਛੀਆਂ ਜਿਹੜੀਆਂ ਆਪਾਂ ਇਕੱਠੀਆਂ ਪਾਲਦੇ ਹਾਂ, ਉਹਦੇ ਵਿੱਚੋਂ 2 ਕਿਸਮ ਦੀਆਂ ਮੱਛੀਆਂ ਉੱਤੇ ਭੋਜਨ ਲੈਂਦੀਆਂ, 2 ਵਿੱਚ ਲੈਂਦੀਆਂ ਅਤੇ 2 ਥੱਲੇ ਲੈਂਦੀਆਂ। ਸੋ ਹਰ ਤਰ੍ਹਾਂ ਦੀ ਮੱਛੀ ਦੀ ਖੁਰਾਕ ਦੀ ਜਿਹੜੀ ਜ਼ਰੂਰਤ ਹੈ ਉਹਨੂੰ ਪੂਰਾ ਕਰਨ ਲਈ ਅਸੀਂ ਸਵੇਰ ਵੇਲੇ ਜਿੰਨੀ ਖੁਰਾਕ ਸਾਨੂੰ ਚਾਹੀਦੀ ਹੈ ਮੱਛੀ ਦੇ ਸਰੀਰ ਦੇ ਭਾਰ ਦਾ 1.5%, ਮੈਂ ਪਹਿਲੇ ਵੀ ਕਿਹਾ, ਉਹ ਲੈ ਕੇ ਅਸੀਂ ਉਹਨੂੰ ਪਾਣੀ ਮਿਲਾ ਕੇ ਉਹਦੇ ਗੋਲੇ ਬਣਾ ਦਿੰਦੇ ਹਾਂ। ਉਹਨਾਂ ਗੋਲਿਆਂ ਨੂੰ ਅਸੀਂ ਆਪਣੇ ਤਲਾਅ ਦੇ 4-5 ਕਿਨਾਰਿਆਂ 'ਤੇ ਪਾ ਸਕਦੇ ਹਾਂ। ਅਤੇ ਇੱਕ ਚੀਜ਼ ਯਾਦ ਰੱਖਣੀ ਹੈ ਕਿ ਜਿਹੜਾ ਖੁਰਾਕ ਦੇਣ ਦਾ ਸਮਾਂ ਉਹ ਵੀ ਆਪਾਂ ਨਿਰਧਾਰਿਤ ਕਰਨਾ। ਜੇ ਆਪਾਂ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਦੀ ਗੱਲ ਕਰੀਏ ਤਾਂ ਆਪਾਂ 9:30 ਵਜੇ ਸਵੇਰੇ ਖੁਰਾਕ ਦੇਣੀ ਹੈ ਇੱਕ ਵਾਰ, ਅਤੇ ਸ਼ਾਮ ਨੂੰ ਇੱਕ ਵਾਰ ਆਪਾਂ 3:30-4 ਵਜੇ ਖੁਰਾਕ ਦੇਣੀ ਹੈ। ਸੋ ਆਪਾਂ ਇਹਦਾ ਮਤਲਬ ਇਹ ਹੋਇਆ ਕਿ 1.5% ਖੁਰਾਕ ਨੂੰ ਅਸੀਂ ਵੰਡ ਕੇ ਦਿਨ ਵਿੱਚ ਵੰਡ ਕੇ 2 ਵਾਰ ਅਤੇ 1 ਨਿਯਮਿਤ ਕੀਤੇ ਹੋਏ ਸਥਾਨ 'ਤੇ ਹੀ ਪਾਣੀ ਹੈ। ਠੀਕ ਹੈ ਜੀ। ਇੱਕ ਹੋਰ ਗੱਲ ਮੈਂ ਜ਼ਰੂਰ ਦੱਸਣਾ ਚਾਹਾਂਗੀ ਇੱਥੇ ਕਿ ਖੁਰਾਕ ਦੀ ਹੋਰ ਵਧੇਰੇ ਵਧੀਆ ਤਰ੍ਹਾਂ ਵਰਤੋਂ ਲਈ ਮੱਛੀ ਨੂੰ ਜਿਹੜੇ ਕਿਸਾਨ ਵੀਰ ਨੇ ਉਹ ਬੈਗ ਫੀਡਿੰਗ ਵੀ ਕਰ ਸਕਦੇ ਹੈ। ਬੈਗ ਫੀਡਿੰਗ 'ਚ ਕੀ ਹੁੰਦਾ ਕਿ ਬੋਰੀਆਂ ਲੈ ਕੇ ਉਹਨਾਂ 'ਚ ਖੁਰਾਕ ਭਰੀ ਜਾਂਦੀ ਹੈ, ਉਹਨਾਂ ਬੋਰੀਆਂ 'ਚ ਸੁਰਾਖ ਕਰਤੇ ਜਾਂਦੇ ਨੇ ਅਤੇ ਉਹ ਬੋਰੀਆਂ ਪੂਰੇ ਜਿਹੜੇ ਤਲਾਅ ਹੈ ਉੱਥੇ, ਜੇ ਆਪਾਂ ਕਿੱਲੇ ਦੀ ਗੱਲ ਕਰੀਏ ਤਾਂ 8-10 ਬੋਰੀਆਂ ਅਸੀਂ ਬੰਨ ਸਕਦੇ ਹਾਂ। ਉਹਦੇ ਨਾਲ ਕੀ ਹੋਏਗਾ ਕਿ ਮੱਛੀ ਜਿਹੜੀ ਜਾਣੂ ਹੋ ਜਾਂਦੀ ਹੈ ਕਿ ਇੱਥੇ ਮੈਨੂੰ ਖੁਰਾਕ ਮਿਲ ਰਹੀ ਹੈ, ਉਹ ਆਪ ਆਏਗੀ ਉੱਥੋਂ ਖੁਰਾਕ ਲਏਗੀ। ਸੋ ਉਹਦੇ ਨਾਲ ਕੀ ਹੈ, ਖੁਰਾਕ ਦੀ ਜਿਹੜੀ ਵੇਸਟੇਜ ਹੈ ਉਹ ਬਹੁਤ ਘੱਟ ਜਾਂਦੀ ਹੈ, ਮੱਛੀ ਨੂੰ ਪੂਰੀ ਖੁਰਾਕ ਮਿਲਦੀ ਹੈ। ਸੋ ਦੋਨੋਂ ਪਾਸੇ ਤਾਲਮੇਲ ਬਣਿਆ ਰਹਿੰਦਾ। ਇਸ ਤੋਂ ਇਲਾਵਾ ਖੁਰਾਕ ਦੀ ਜਿਹੜੀ ਆਪਣੀ ਕੀਮਤ ਹੈ ਉਹਨੂੰ ਘਟਾਉਣ ਅਤੇ ਉਹਦੀ ਕੁਆਲਿਟੀ ਨੂੰ ਵਧਾਉਣ ਲਈ ਅੱਜ ਕੱਲ੍ਹ ਅਸੀਂ ਯੂਨੀਵਰਸਿਟੀ ਵਿੱਚ ਅਜ਼ੋਲਾ ਕਲਚਰ ਕਰ ਰਹੇ ਹਾਂ। ਅਜ਼ੋਲਾ ਇੱਕ ਪਾਣੀ ਦੀ ਬੂਟੀ ਹੈ, ਉਹ ਪ੍ਰੋਟੀਨ ਨਾਲ ਭਰਿਆ ਹੋਇਆ ਸਰੋਤ ਹੈ, ਉਹਨੂੰ ਵੀ ਕਿਸਾਨ ਵੀਰ ਆਪਣੇ ਕੋਲ ਹੀ ਪੈਦਾ ਕਰ ਸਕਦੇ ਹੈ, ਉਹਨੂੰ ਸੁਕਾ ਕੇ ਉਹ ਮੱਛੀ ਨੂੰ ਖੁਰਾਕ ਵਿੱਚ ਪਾ ਸਕਦੇ ਹੈ। ਉਹਦੇ ਨਾਲ ਕੀ ਹੋਏਗਾ ਕਿ ਖੁਰਾਕ ਦੀ ਜਿਹੜੀ ਕੀਮਤ ਹੈ ਉਹ ਘਟੇਗੀ ਅਤੇ ਜਿਹੜੀ ਖੁਰਾਕ ਹੈ ਉਹਦੀ ਕੁਆਲਿਟੀ ਵਧੇਗੀ। ਅਤੇ ਜਿਹੜੀ ਸਾਡੇ ਤਲਾਅ ਵਿੱਚ ਗਰਾਸ ਕਾਰਪ ਨਾਮ ਦੀ ਮੱਛੀ ਹੈ ਉਹ ਸਿੱਧਾ ਹੀ ਇਸ ਅਜ਼ੋਲਾ ਨਾਮ ਦੀ ਜਿਹੜੀ ਬੂਟੀ ਹੈ ਉਹਨੂੰ ਸਿੱਧੇ ਰੂਪ ਵਿੱਚ ਖਾਂਦੀ ਹੈ ਕਿਉਂਕਿ ਉਹ ਹਰੇ ਚਾਰੇ 'ਤੇ ਪਲਦੀ ਹੈ। ਸੋ ਕਿਸਾਨ ਵੀਰ ਆਪਣੇ ਹਿਸਾਬ ਨਾਲ ਆਪਣੇ ਜੋ ਉਹਦੇ ਕੋਲ ਕਹਿ ਲਓ ਕਿ ਰਿਸੋਰਸਿਸ ਹੈਗੇ ਹੈ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਖੁਰਾਕ ਦੇ ਵਿੱਚ ਫੇਰ ਬਦਲ ਕਰ ਸਕਦੇ ਹਨ ਤਾਂ ਕਿ ਉਹਨਾਂ ਦਾ ਮੁਨਾਫਾ ਵਧੇ ਅਤੇ ਉਹਨਾਂ ਦੇ ਖਰਚੇ ਘਟਣ। ਡਾਕਟਰ ਮਨੀਸ਼ ਜੀ, ਆਪਾਂ ਜਿਵੇਂ ਖੁਰਾਕ ਦੀ ਗੱਲ ਕੀਤੀ ਅਤੇ ਮੌਸਮ ਜਦੋਂ ਤਬਦੀਲ ਹੁੰਦਾ ਜੀ, ਕਿ ਕਿਸੇ ਤਰੀਕੇ ਦੀਆਂ ਕੋਈ ਬਿਮਾਰੀਆਂ ਜਾਂ ਕੋਈ ਸਮੱਸਿਆਵਾਂ ਉਹ ਵੀ ਇਸ ਮੌਸਮ ਦੇ ਵਿੱਚ ਮੱਛੀ ਪਾਲ ਕੇ ਮਹਿਸੂਸ ਕਰਦੇ ਆ ਕੋਈ, ਜਾਂ ਤੁਹਾਡੇ ਕੋਲ ਕਦੀ ਇੱਥੇ ਕਾਲਜ ਦੇ ਵਿੱਚ ਕੋਈ ਇਸ ਤਰੀਕੇ ਦੀ ਸ਼ਿਕਾਇਤ ਲੈ ਕੇ ਆਇਆ ਹੋਵੇ, ਅਤੇ ਜੇ ਇਹੋ ਜਿਹੀ ਆਉਂਦੀ ਸਮੱਸਿਆ ਤਾਂ ਆਪਾਂ ਉਹਨੂੰ ਕਿਵੇਂ ਹੱਲ ਕਰਨਾ ਜੀ? ਆਪਾਂ ਜੇ ਮੱਛੀ ਤਲਾਅ ਵਿੱਚ ਜਾਂ ਮੱਛੀਆਂ ਨੂੰ ਬਿਮਾਰੀਆਂ ਦੀ ਗੱਲ ਕਰੀਏ ਤਾਂ ਉਹਨੂੰ ਬਾਕੀ ਪਸ਼ੂ ਪਾਲਣ ਦੇ ਕਿੱਤਿਆਂ ਨਾਲ ਰੱਖ ਕੇ ਦੇਖੀਏ। ਮੱਛੀ ਪਾਲਣ ਇੱਕ ਇਹੋ ਜਿਹਾ ਕਿੱਤਾ ਹੈ ਜਿੱਥੇ ਜੇ ਅਸੀਂ ਵਿਗਿਆਨਿਕ ਢੰਗ ਨਾਲ ਸਾਰੇ ਮਾਪਦੰਡ ਲੈ ਕੇ ਮੱਛੀ ਪਾਲਣ ਕਰਾਂਗੇ ਤਾਂ ਬਿਮਾਰੀਆਂ ਦਾ ਜਿਹੜਾ ਆਉਣਾ ਬਹੁਤ ਘੱਟ ਹੈ। ਫਿਰ ਵੀ ਕਦੀ ਨਾ ਕਦੀ, ਜੇ ਆਪਾਂ ਹੁਣ ਗਰਮੀਆਂ ਦੀ ਹੀ ਗੱਲ ਕਰ ਰਹੀਏ, ਜਿਵੇਂ ਮੈਂ ਕਿਹਾ ਕਿ ਖਾਦ ਖੁਰਾਕ ਮਾਪ ਕੇ ਆਪਾਂ ਪਾਣੀ ਹੈ, ਪਾਣੀ ਦੀ ਕੁਆਲਿਟੀ ਦਾ ਧਿਆਨ ਰੱਖਣਾ, ਜੇ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਰੱਖਾਂਗੇ ਤਾਂ ਇਹੀ ਮੌਸਮ ਜਿਹੜਾ ਮੱਛੀ ਪਾਲਣ ਲਈ ਬਹੁਤ ਵਧੀਆ ਕਹਿੰਦੇ ਹਾਂ ਆਪਾਂ, ਮੱਛੀ ਲਈ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ। ਆਪਾਂ ਜੇ ਇਹਦੇ ਬਾਰੇ ਹੋਰ ਥੋੜ੍ਹੀ ਜਿਹੀ ਵਿਸਤਾਰਪੂਰਵਕ ਗੱਲ ਕਰੀਏ ਤਾਂ ਜਦੋਂ ਅਸੀਂ ਲੋੜ ਨਾਲੋਂ ਜ਼ਿਆਦਾ ਖਾਦ ਜਾਂ ਖੁਰਾਕ ਦਾ ਇਸਤੇਮਾਲ ਕਰਦੇ ਹਾਂ ਤਾਂ ਮੱਛੀ ਤਲਾਅ ਦੇ ਪਾਣੀ ਦਾ ਰੰਗ ਬੜਾ ਗਾੜਾ ਹਰਾ ਹੋ ਜਾਂਦਾ, ਉਹਦੇ ਵਿੱਚ ਕਾਈ ਪੈਦਾ ਹੋ ਜਾਂਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਐਲਗਲ ਬਲੂਮ। ਹੁਣ ਜੋ ਇੱਕ ਵਾਰ ਕਾਈ ਪੈਦਾ ਹੋ ਗਈ ਤਾਂ ਉਹ ਸਿੱਧੇ ਅਤੇ ਅਸਿੱਧੇ ਦੋਨਾਂ ਤਰ੍ਹਾਂ ਹੀ ਮੱਛੀ ਨੂੰ ਖਰਾਬ ਕਰੇਗੀ। ਸਿੱਧੇ ਤੌਰ 'ਤੇ ਉਹ ਕੀ ਕਰੇਗੀ ਕਿ ਉਹ ਸਾਰੇ ਤਲਾਅ 'ਚ ਫੈਲ ਜਾਏਗੀ ਅਤੇ ਮੱਛੀ ਦੇ ਨੂੰ ਖੁਰਾਕ ਜਿਹੜੀ ਆ ਪੂਰੀ ਤਰ੍ਹਾਂ ਨਹੀਂ ਮਿਲੇਗੀ। ਆਕਸੀਜਨ ਦੀ ਮਾਤਰਾ ਜਿਹੜੀ ਹੈ ਜ਼ਿਆਦਾਤਰ ਤਾਂ ਰਾਤ ਵੇਲੇ ਅਤੇ ਤੜਕੇ ਸਵੇਰੇ ਘਟੇਗੀ। ਕਿਉਂਕਿ ਜੇ ਇਹ ਸਾਰੀ ਕਾਈ ਹੈ ਜਿਹੜੇ ਹਰੇ ਪੌਦੇ ਨੇ ਉਹ ਵੀ ਰਾਤ ਵੇਲੇ ਆਕਸੀਜਨ ਲੈਂਦੇ ਹੈ, ਮੱਛੀ ਤਾਂ ਹਰ ਟਾਈਮ ਆਕਸੀਜਨ ਲੈਂਦੀ ਹੈ। ਸੋ ਉਹਦੇ ਨਾਲ ਕੀ ਹੋਏਗਾ ਕਿ ਮੱਛੀ ਨੂੰ ਆਕਸੀਜਨ ਨਹੀਂ ਮਿਲੇਗੀ, ਮੱਛੀ ਉੱਪਰ ਆ ਕੇ ਤੜਫ ਕੇ ਮਰੇਗੀ।
ਸੋ ਦੂਸਰੀ ਤਰ੍ਹਾਂ ਇਹ ਹੈ ਕਿ ਜਦੋਂ ਐਲਗੀ ਵੱਧ ਗਈ ਉਹਦੇ ਵਿੱਚ ਐਲਗਲ ਬਲੂਮ ਹਰੀ ਕਾਈ ਦਾ ਜਾਲਾ ਬਣ ਗਿਆ ਅਤੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਮੱਛੀ ਆਪਣੇ ਆਪ ਨੂੰ ਰਗੜੇਗੀ ਉਹਦੇ ਸਰੀਰ 'ਤੇ ਧੱਬੇ ਹੋ ਜਾਣਗੇ ਸੋ ਇਹ ਸਾਰੀਆਂ ਚੀਜ਼ਾਂ ਮਿਲ ਜੁਲ ਕੇ ਮੱਛੀ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹਦਾ ਕਾਰਨ ਬਣ ਸਕਦੀਆਂ ਸੋ ਆਪਾਂ ਇਹ ਕਰਨਾ ਕਿ ਅਸੀਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਅਸੀਂ ਰੋਜ਼ਾਨਾ ਆਪਣੇ ਤਲਾਅ 'ਤੇ ਜਾਣਾ ਅਸੀਂ ਦੇਖਣਾ ਕਿ ਮੱਛੀ ਕਿਸੇ ਤਰ੍ਹਾਂ ਦੀ ਹਰਕਤ ਤਾਂ ਨਹੀਂ ਕਰ ਰਹੀ ਜਿਹੜੀ ਕਿ ਉਹਦੀ ਆਮ ਹਰਕਤ ਤੋਂ ਅਲੱਗ ਹੈ ਜਿਵੇਂ ਕਿ ਮੱਛੀ ਤਲਾਅ ਦੇ ਕਿਨਾਰੇ 'ਤੇ ਆ ਕੇ ਆਪਣੇ ਸਰੀਰ ਨੂੰ ਰਗੜੇ ਜਾਂ ਉਹ ਸੁਸਤ ਹੋਈ ਉੱਪਰ ਫਿਰੇ ਸੋ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਨੀ ਹੈ ਕਿ ਉਹਦੇ ਸਰੀਰ 'ਤੇ ਕੋਈ ਜ਼ਖਮ ਤਾਂ ਨਹੀਂ ਹੈ ਜਾਂ ਉਹਨੂੰ ਕੋਈ ਇਹੋ ਜਿਹਾ ਰੋਗ ਤਾਂ ਨਹੀਂ ਲੱਗ ਰਿਹਾ ਸੋ ਜਿੱਦਾਂ ਹੀ ਕੋਈ ਜਿਹੜਾ ਕਿਸਾਨ ਹੈ ਇਸ ਤਰ੍ਹਾਂ ਦੀ ਬਿਮਾਰੀ ਦੇ ਦੇਖੇ ਜਾਂ ਕਿਸੇ ਤਰ੍ਹਾਂ ਦੀ ਵੀ ਹਰਕਤ ਦੇਖੇ ਉਸੇ ਟਾਈਮ ਉਹਨੂੰ ਜਿਹੜੇ ਅਸੀਂ ਮੱਛੀ ਪਾਲਕ ਦੇ ਮਾਹਰ ਹੈ ਉਹਨਾਂ ਨਾਲ ਸੰਪਰਕ ਕਰਕੇ ਉਸੇ ਟਾਈਮ ਉਹਦਾ ਇਲਾਜ ਕਰ ਲੈਣਾ ਚਾਹੀਦਾ ਹੈ ਡਾਕਟਰ ਸਾਹਿਬ ਕੋਈ ਸਾਡੇ ਮੱਛੀ ਪਾਲਕ ਨੂੰ ਕੋਈ ਸਮੱਸਿਆ ਆਉਂਦੀ ਆ ਜਾਂ ਉਹ ਸੋਚਦਾ ਕਿ ਮੈਂ ਕੰਮ ਸ਼ੁਰੂ ਕਰਨਾ ਮੈਨੂੰ ਕੁਛ ਪਤਾ ਹੋਣਾ ਚਾਹੀਦਾ ਅਤੇ ਕਾਲਜ ਆਫ ਫਿਸ਼ਰੀ ਜਿਹੜਾ ਗੁਰੂ ਅੰਗਦ ਦੇਵ ਯੂਨੀਵਰਸਿਟੀ ਵਿਖੇ ਸਥਾਪਿਤ ਹੋਇਆ ਹੋਇਆ ਇਹ ਕਿਸ ਤਰੀਕੇ ਨਾਲ ਜਿਹੜਾ ਵਾ ਮਦਦ ਕਰ ਸਕਦਾ ਇੱਕ ਤਾਂ ਇਹ ਹੈ ਵੀ ਜਿਹੜਾ ਕਾਲਜ ਆਫ ਫਿਸ਼ਰੀਜ਼ ਹੈ ਯੂਨੀਵਰਸਿਟੀ ਵਿੱਚ ਅਸੀਂ ਰੂਟੀਨ 'ਚ ਰੈਗੂਲਰ ਤੌਰ 'ਤੇ ਕਿਸਾਨਾਂ ਲਈ ਟ੍ਰੇਨਿੰਗ ਲਾਉਂਦੇ ਹਾਂ ਇਹ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਇਹ ਅਸੀਂ ਸਾਲ ਵਿੱਚ 2 ਵਾਰ ਲਾਉਂਦੇ ਹਾਂ ਜਦੋਂ ਸਾਡੇ ਕੋਲ ਘੱਟੋ ਘੱਟ ਜਿਹੜੇ ਸਿੱਖਿਆਰਥੀ ਨੇ 15, 20, 25 ਹੋਣ ਉਹ ਸਾਡੇ ਕੋਲ ਸਾਨੂੰ ਐਪਲੀਕੇਸ਼ਨ ਦੇ ਸਕਦੇ ਹੈ ਅਸੀਂ ਜਦੋਂ ਵੀ ਟ੍ਰੇਨਿੰਗ ਲਾਉਣੀ ਹੈ ਅਸੀਂ ਉਹਨਾਂ ਨੂੰ ਫੋਨ ਕਰਕੇ ਬੁਲਾਉਂਦੇ ਹਾਂ ਡਾਕਟਰ ਸਾਹਿਬ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਇੱਥੇ ਸਹਾਈ ਹੁੰਦੇ ਜੇ ਅਤੇ ਨਾਲ ਇਹ ਵੀ ਗੱਲ ਆਉਂਦੀ ਆ ਕਿ ਗਰਮੀਆਂ ਦਾ ਵੇਖੋ ਮੌਸਮ ਜਿਹੜਾ ਕਾਫੀ ਲੰਮਾ ਹੋ ਜਾਂਦਾ 6-7 ਮਹੀਨੇ ਜਿਹੜੀ ਭਰਪੂਰ ਗਰਮੀ ਪੈਂਦੀ ਹੈ ਅਤੇ ਇਸ ਮੌਸਮ ਦੇ ਦਰਿਆ ਦਰਮਿਆਨ ਕੋਈ ਉਪਜ ਵੀ ਤਾਂ ਪੈਦਾ ਹੁੰਦੀ ਹੋਏਗੀ ਕੋਈ ਉਤਪਾਦ ਵੀ ਤਾਂ ਨਿਕਲਦਾ ਹੋਏਗਾ ਨਾ ਮੱਛੀਆਂ ਦਾ ਫਿਰ ਉਹਦੀ ਸੰਭਾਲ ਵੀ ਜਿਹੜੀ ਆ ਕਿਉਂ ਗਰਮੀਆਂ ਦੇ ਵਿੱਚ ਕੋਈ ਵੀ ਚੀਜ਼ ਨੂੰ ਸੰਭਾਲਣਾ ਜਿਹੜਾ ਔਖਾ ਹੋ ਜਾਂਦਾ ਉਹਦੇ ਵਾਸਤੇ ਸਾਡੇ ਕਿਸਾਨ ਵੀਰ ਉਹਨਾਂ ਨੂੰ ਤੁਸੀਂ ਕੀ ਸਲਾਹ ਦਿੰਦੇ ਹੋ ਕਿਵੇਂ ਉਹ ਜਿਹੜਾ ਸਾਂਭ ਸੰਭਾਲ ਜਿਹੜੀ ਉਹਦਾ ਖਿਆਲ ਗਰਮੀਆਂ ਦਾ ਮੌਸਮ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਮੱਛੀ ਦੇ ਵਾਧੇ ਲਈ ਹੈ ਵੈਸੇ ਤਾਂ ਅਸੀਂ ਇਹ ਮੰਨਦੇ ਹਾਂ ਕਿ ਗਰਮੀਆਂ 'ਚ ਮੱਛੀ ਪਾਲਕ ਨੇ ਮੱਛੀ ਨੂੰ ਪੈਦਾ ਕਰਨਾ ਜੀ ਪਰ ਜੇ ਜਿੱਦਾਂ ਹੁਣ ਸਾਡੇ ਕੋਲ ਮੱਛੀ ਮੰਡੀਆਂ ਹੈਗੀਆਂ ਲੁਧਿਆਣੇ 'ਚ ਵੀ ਬੜੀ ਮਾਡਰਨ ਮੱਛੀ ਮੰਡੀ ਹੈ ਜੀ ਜੀ ਅਤੇ ਹੁਣ ਇਹੋ ਜਿਹਾ ਪ੍ਰਚਲਨ ਹੋ ਗਿਆ ਕਿ ਪਹਿਲੇ ਕਹਿ ਲਓ ਕਿ ਲੋਕ ਮੰਨਦੇ ਸੀ ਕਿ ਜਿਹੜੀ ਮੱਛੀ ਹੈ ਸਿਰਫ ਸਰਦੀਆਂ 'ਚ ਖਾਣੀ ਹੈ ਗਰਮ ਹੁੰਦੀ ਹੈ ਪਰ ਇਹੋ ਜਿਹਾ ਜੇ ਆਪਾਂ ਕਹੀਏ ਇਹਦਾ ਕੋਈ ਵਿਗਿਆਨਿਕ ਹਾਂ ਇਹ ਧਾਰਨਾ ਹੀ ਹੈ ਕਹਿ ਲਓ ਸੋ ਇਹ ਧਾਰਨਾ ਹੁਣ ਖਤਮ ਵੀ ਹੋ ਰਹੀ ਹੈ ਕਿਉਂਕਿ ਲੋਕਾਂ 'ਚ ਜਾਗਰੂਕਤਾ ਆ ਰਹੀ ਹੈ ਜਿਹੜਾ ਮੱਛੀ ਦਾ ਮਾਸ ਹੈ ਉਹ ਸਾਰੇ ਪਸ਼ੂ ਮਾਸਾਂ ਤੋਂ ਵਧੀਆ ਹੈਗਾ ਅਤੇ ਲੋਕ ਹੁਣ ਚਾਹੁੰਦੇ ਹੈ ਕਿ ਅਸੀਂ ਉਹਨੂੰ ਆਪਣੀ ਰੋਜ਼ਾਨਾ ਦੀ ਜਿਹੜੀ ਆਪਣੀ ਖੁਰਾਕ ਹੈ ਡਾਈਟ ਹੈ ਭੋਜਨ ਜਿਹੜਾ ਉਹਦੇ 'ਚ ਆਪਾਂ ਸ਼ਾਮਿਲ ਕਰੀਏ ਸੋ ਉਸਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਜਿਹੜਾ ਸਾਡਾ ਕਾਲਜ ਹੈ ਉੱਥੇ ਸਾਡਾ ਇੱਕ ਡਿਪਾਰਟਮੈਂਟ ਹੈ ਵਿਭਾਗ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਹਾਰਵੈਸਟ ਐਂਡ ਪੋਸਟ ਹਾਰਵੈਸਟ ਟੈਕਨੋਲੋਜੀ ਉਸ ਵਿਭਾਗ ਵਿੱਚ ਸਿਰਫ ਮੱਛੀ ਨੂੰ ਪਾਲ ਕੇ ਉਹਨੂੰ ਕੱਢ ਕੇ ਉਹਦੇ ਕੀ ਉਤਪਾਦ ਅਤੇ ਉਤਪਾਦ ਬਣਾਏ ਜਾ ਸਕਦੇ ਹਨ ਉਹਦੇ ਬਾਰੇ ਪੂਰੀ ਜਾਣਕਾਰੀ ਜਿੱਦਾਂ ਮੈਂ ਪਹਿਲੇ ਕਿਹਾ ਜਾਣਕਾਰੀ ਚਾਹੇ ਕੋਈ ਜਿਹੜਾ ਮੱਛੀ ਪਾਲਕ ਹੈ ਜਾਂ ਕੋਈ ਹੋਰ ਵੀ ਇਨਸਾਨ ਜਿਹੜਾ ਕਿ ਇਸ ਕਿੱਤੇ ਵਿੱਚ ਆਉਣਾ ਚਾਹੁੰਦਾ ਜ਼ਰੂਰੀ ਨਹੀਂ ਹੈ ਕਿ ਜਿਹੜਾ ਮੱਛੀ ਪਾਲੇ ਉਹੀ ਉਹਦੇ ਉਪਜ ਤਿਆਰ ਕਰੇ ਸੋ ਕੋਈ ਵੀ ਜਿਹੜਾ ਚਾਹਵਾਨ ਵਿਅਕਤੀ ਹੈ ਉਹ ਸਾਡੇ ਕੋਲ ਵੈਸੇ ਵੀ ਆ ਸਕਦਾ ਸਾਡੇ ਨਾਲ ਗੱਲਬਾਤ ਕਰਨ ਲਈ ਦੂਸਰਾ ਅਸੀਂ ਸਪੈਸ਼ਲ ਉਸ ਵਿਸ਼ੇ 'ਤੇ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਤਪਾਦ ਪੈਦਾ ਕਰਨਾ ਉਹਦੇ 'ਤੇ ਵੀ 5 ਦਿਨ ਦੀ ਜਿਹੜੀ ਟ੍ਰੇਨਿੰਗ ਹੈ ਉਹ ਲਾਉਂਦੇ ਹਾਂ ਇੱਕ ਮੈਂ ਹੋਰ ਗੱਲ ਇੱਥੇ ਐਡ ਕਰਨਾ ਚਾਹਾਂਗੀ ਜਿੰਨੀਆਂ ਵੀ ਟ੍ਰੇਨਿੰਗ ਹੈਗੀਆਂ ਯੂਨੀਵਰਸਿਟੀ ਦੀਆਂ ਉਹਨਾਂ ਦੀ ਫੀਸ ਹੈਗੀ ਹੈ 5 ਦਿਨ ਦੀ ਹੈ 3 ਦਿਨ ਦੀ ਹੈ ਅਤੇ ਉਹ ਔਰਤਾਂ ਲਈ ਪਰ ਇਹ ਸਾਰੀਆਂ ਟ੍ਰੇਨਿੰਗਾਂ ਜਿਹੜੀਆਂ ਫ੍ਰੀ ਨੇ ਅੱਛਾ ਜੀ ਬਿਲਕੁਲ ਹੀ ਉਹ ਕਿਉਂ ਨੇ ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਜਿੱਦਾਂ ਬਾਕੀ ਕਿੱਤਿਆਂ ਨਾਲ ਔਰਤਾਂ ਜੁੜੀਆਂ ਹੋਈਆਂ ਮੱਛੀ ਪਾਲਣ ਦੇ ਕਿੱਤੇ ਨਾਲ ਅਤੇ ਮੁੱਖ ਤੌਰ 'ਤੇ ਮੱਛੀ ਨੂੰ ਲੈ ਕੇ ਉਹਦੀ ਪ੍ਰੋਸੈਸਿੰਗ ਕਰਕੇ ਉਹਦੇ ਉਤਪਾਦ ਬਣਾਉਣ ਵਿੱਚ ਔਰਤਾਂ ਜ਼ਰੂਰ ਆਉਣ ਔਰਤਾਂ ਨੇ ਸ਼ਕਤੀਕਰਨ 'ਚ ਤੁਹਾਡਾ ਯੋਗਦਾਨ ਹੈ ਇਹ ਵੀ ਯੋਗਦਾਨ ਹੈ ਯੂਨੀਵਰਸਿਟੀ ਨੇ ਇਹ ਉਪਰਾਲਾ ਕੀਤਾ ਹੋਇਆ ਹੈ ਜੀ ਜੀ ਸੋ ਗੱਲ ਕਰਦੇ ਹੋਏ ਮੇਰੇ ਦਿਮਾਗ ਵਿੱਚ ਆ ਗਈ ਅਤੇ ਮੈਂ ਸਮਝਿਆ ਕਿ ਇਹ ਸਾਨੂੰ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਜੀ ਜੀ ਸੋ ਉਹ ਟ੍ਰੇਨਿੰਗ ਵਿੱਚ ਵੀ ਜਿਹੜੇ ਆਪਣੇ ਚਾਹਵਾਨ ਵਿਅਕਤੀ ਨੇ ਆਪਣਾ ਨਾਮ ਜਿਹੜਾ ਉਹ ਦਰਜ ਕਰਾ ਸਕਦੇ ਹੈ ਸਾਡੇ ਕੋਲ ਉਸ ਰਿਲੇਟਿਡ ਜਿੰਨੀ ਵੀ ਮਸ਼ੀਨਰੀ ਹੈ ਜੋ ਲੱਗਦੀ ਹੈ ਜਿੱਦਾਂ ਹੁਣ ਆਪਾਂ ਮੱਛੀ ਪਾਲਦੇ ਹਾਂ ਕੰਡੇ ਵਾਲੀ ਮੱਛੀ ਹੈ ਉਹਨੂੰ ਪਹਿਲੇ ਕੰਡਾ ਰਹਿਤ ਕਰਨਾ ਉਹਦੇ ਫਿਰ ਅਲੱਗ ਅਲੱਗ ਤਰ੍ਹਾਂ ਦੇ ਤਿਆਰ ਕਰਨੇ ਉਤਪਾਦ ਜਿਹੜੇ ਕਿ ਆਪਾਂ ਘਰ ਸਿੱਧੇ ਲੈ ਕੇ ਜਾਈਏ ਬਸ ਅਸੀਂ
ਸਿਰਫ ਉਤਪਾਦ ਤੇ ਸਾਡੇ ਚ ਖਾਣ ਦਾ ਯੰਤਰ ਹੋਏ, ਅਸੀਂ ਜਾਈਏ ਗਰਮ ਕਰੀਏ ਤੇ ਖਾ ਲਈਏ। ਸੋ ਉਹ ਬੜੇ ਤਰ੍ਹਾਂ ਦੇ ਉਤਪਾਦ ਸਾਡੇ ਕੋਲ, ਜਿਹੜੀ ਉਹਦੀ ਤਕਨੀਕ ਹੈਗੀ ਹੈ, ਉਹ ਵੀ ਜਿਹੜੇ ਚਾਹਵਾਨ ਕਿਸਾਨ ਨੇ ਸਾਡੇ ਕੋਲ ਆ ਕੇ ਸਿੱਖ ਸਕਦੇ ਆ ਜੀ। ਡਾਕਟਰ ਅਮਰੀਤਿੰਦਰ ਜੀ, ਤੁਸੀਂ ਗਰਮੀਆਂ ਦੇ ਵਿੱਚ ਆਪਾਂ ਮੱਛੀਆਂ ਦੀ ਕਿਵੇਂ ਸਾਂਭ ਸੰਭਾਲ ਕਰਨੀ ਆ, ਉਹਨਾਂ ਦੀ ਖੁਰਾਕ ਕਿਹੋ ਜਿਹੀ ਹੋਣੀ ਚਾਹੀਦੀ ਆ, ਜੇ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਆ ਤਾਂ ਕਿਸ ਤਰੀਕੇ ਨਾਲ ਤੁਹਾਡੇ ਨਾਲ ਸੰਪਰਕ ਕੀਤਾ ਜਾਏ ਜਾਂ ਸਮੱਸਿਆ ਆਪ ਕਿਵੇਂ ਹੱਲ ਕੀਤੀ ਜਾਏ। ਪਰ ਅਸੀਂ ਫਿਰ ਵੀ ਆਪਣੇ ਕਿਸਾਨ ਵੀਰਾਂ ਨੂੰ ਇਹ ਜ਼ਰੂਰ ਕਹਾਂਗੇ ਕਿ ਬੜੇ ਸੁਚੱਜੇ ਤਰੀਕੇ ਨਾਲ, ਜਿਵੇਂ ਇਹਨਾਂ ਦੱਸਿਆ ਕਿ ਸਿਖਲਾਈ ਦਿੱਤੀ ਜਾਂਦੀ ਆ, ਕੋਈ ਵੀ ਕੰਮ ਕਰਨਾ ਹੋਏ ਤਾਂ ਸਿੱਖਿਆ ਦਾ ਮੰਤਰ ਜਿਹੜਾ ਉਹਨੂੰ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ, ਕਿਉਂਕਿ ਸਿੱਖਿਆ ਦੇ ਨਾਲ ਹੀ ਜਿਹੜਾ ਤੁਸੀਂ ਸਮਝ ਲਓ ਕਿ 2-4-5 ਕਲਾਸਾਂ ਆਪਣੇ ਆਪ ਜਿਹੜੀਆਂ ਅੱਗੇ ਟੱਪ ਜਾਂਦੇ ਹੋ। ਅਤੇ ਇਸ ਕਰਕੇ ਤੁਹਾਡਾ ਬਹੁਤ ਧੰਨਵਾਦ ਜੀ ਕਿ ਤੁਸੀਂ ਬੜੇ ਵਿਸਥਾਰ 'ਚ ਜਾਣਕਾਰੀ ਦਿੱਤੀ, ਅਤੇ ਅਸੀਂ ਵੀ ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਵੀ ਇਸ ਤੋਂ ਪੂਰਾ ਲਾਹਾ ਲੈਣਗੇ।